ਕਰਲਿੰਗ ਐਸੋਸੀਏਸ਼ਨ ਪੰਜਾਬ ਵੱਲੋਂ 2 ਦਿਨੀ ਨੈਸ਼ਨਲ ਲੈਵਲ ਕਰਲਿੰਗ ਟ੍ਰੇਨਿੰਗ ਕੈਂਪ ਦਾ ਆਯੋਜਨ ਸ਼ਾਸਤਰੀ ਨਗਰ ਵਿਖੇ ਕੀਤਾ ਗਿਆ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੇ ਕੈਂਪ ਦੀ ਸ਼ੁਰੂਆਤ ਕੀਤੀ ਕਰਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਈਓ ਮੁਹੰਮਦ ਅਰਸ਼ਦ ਪੰਜਾਬ ਪ੍ਰਧਾਨ ਸੰਤੋਸ਼ ਕੁਮਾਰ ਸਕੱਤਰ ਮਨਜੀਤ ਕੌਰ ਸੀਈਓ ਪੰਜਾਬ ਅਬਿਲਾਸ਼ ਕੁਮਾਰ ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਸਨਮਾਨਿਤ ਕੀਤਾ ਉਹਨਾਂ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ 16 ਰਾਜਾਂ ਦੇ ਖਿਡਾਰੀ ਇਸ ਕੈਂਪ ਵਿੱਚ ਪਾਗ ਲੈ ਰਹੇ ਹਨ ਅਮਿਤ ਕੁਮਾਰ ਸੁਨੀਤ ਖੰਨਾ ਰਾਜੀਵ ਪੱਟੀ ਸੰਜੇ ਕੁਮਾਰ ਵੀ ਇਸ ਮੌਕੇ ਤੇ ਮੌਜੂਦ ਸਨ ਦੇਖੋ ਪਹਿਲਾਂ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਇਹ ਇੰਟਰਨੈਸ਼ਨਲ ਗੇਮ ਆ ਉਹਦਾ ਟ੍ਰੇਨਿੰਗ ਕੈਂਪ ਲੱਗਾ ਔਰ ਮੈਂ ਵਧਾਈ ਦੇਣਾ ਜਿਹੜੇ ਅੱਜ ਅਕਰੋਸ ਦਾ ਇੰਡੀਆ 16 ਸਟੇਟਸ ਤੋਂ ਸਾਡੇ ਕੋਲ ਕੋਚਸ ਆਏ ਨੇ ਔਰ ਜਿਹੜੇ ਪਲੇਅਰ ਆਏ ਨੇ ਉਹਨਾਂ ਨੂੰ ਔਰ ਇੰਡੀਆ ਹੈਡ ਔਰ ਸਾਡੇ ਅਬਲਾਸ਼ ਜੀ ਜਿਹੜੇ ਇੱਥੇ ਹਮੇਸ਼ਾ ਹੀ ਅਬਲਾਸ ਜੀ ਦੇ ਸਹਿਯੋਗ ਦੇ ਨਾਲ ਅੱਜ ਇਹ ਸਾਰੇ ਕੈਂਪ ਆਰਗੇਨਾਈਜ਼ ਕੀਤਾ ਇਹਨਾਂ ਨੂੰ ਵੀ ਮੈਂ ਮੁਬਾਰਕਬਾਦ ਦੇਣਾ ਕਿਉਂਕਿ ਇਹ ਨਵੀਂ ਗੇਮ ਇੰਟਰੋਡਿਊਸ ਹੋਈ ਹੈ 올림픽 ਗੇਮਸ ਦੇ ਵਿੱਚ ਇਹਨੂੰ ਮਾਨਤਾ ਪ੍ਰਾਪਤ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਗੇਮ ਦੇ ਵਿੱਚ ਜਿੱਥੇ ਅੱਜ ਨੈਸ਼ਨਲ ਲੈਵਲ ਤੇ ਸਾਰਾ ਹਿੰਦੁਸਤਾਨ ਦੇ सोलह स्टेट्स के जेडे अहम पतवंते ने जोड़े कोच ने जो प्लेयर ने अज वो साढ़े शहर उन्होंने आके इतने ट्रेनिंग कैंप लगाया चीफ गेस्ट सर से बड़ी उम्मीदें हैं हमें और बड़ा अच्छा सर ने पॉजिटिवली हमें रिस्पॉन्स दिया है हमें उम्मीद है हमारा हमें बहुत सपोर्ट मिलने वाली है आने वाले टाइम में और हम तो चाहेंगे अमृतसर के और पंजाब के बच्चे और पंजाब के एसोसिएशन के लिए थोड़ी हेल्प हो हेल्प का मतलब यही नहीं होता कि फंडिंग हो फंडिंग का नहीं बच्चों को सपोर्ट भी होता वो भी बहुत बड़ी हेल्प होती है